ਬਾਬਾ ਕਿੰਨੇ ਕੁ ਵੰਡੇ ਦਾਣੇ ਜਦ 35 ਹੋਣ ਨਿਆਣੇ, ਕਹਿੰਦਾ 100 ਬੱਚਿਆਂ ਦਾ ਮੇਰਾ ਟਾਰਗੇਟ, ਤੈਨੂੰ ਕਿਉਂ ਨਹੀਂ ਸਮਝਾਉਂਦੇ ਫੈਮਿਲੀ ਪਲੈਨਿੰਗ ਵਾਲੇ ਸਿਆਣੇ। ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਮੈਂ ਪਵਿੱਤਰ ਤੁਹਾਡੇ ਸਾਰਿਆਂ ਦਾ ਮਿੱਤਰ ਲੈ ਕੇ ਹਾਜ਼ਰ ਹੋ ਚੁੱਕਾ ਤੁਹਾਡੇ ਲਈ ਮਤਲਬ ਕੁਛ ਵੀ ਅਤੇ ਮਤਲਬ ਕੁਛ ਵੀ ਦੇ ਵਿੱਚ ਅੱਜ ਅਸੀਂ ਗੱਲ ਕਰਦੇ ਹਾਂ ਪਾਕਿਸਤਾਨ ਦੇ ਉਸ ਸ਼ਖਸ ਦੇ ਬਾਰੇ ਜਿਹਦੇ 35 ਨਿਆਣੇ ਨੇ ਅਤੇ ਕਹਿੰਦਾ ਮੈਂ 100 ਕਰਨੇ। ਮੈਨੂੰ ਲੱਗਦਾ ਹਮ ਦੋ ਹਮਾਰੇ 100 ਵਾਲੀ ਕਹਾਵਤ ਇਹ ਸੱਚ ਕਰਨ ਡਿਆ। 35 ਨਿਆਣੇ ਇਸ ਬੰਦੇ ਦੇ, 35 ਨਿਆਣੇ ਤਾਂ ਸਾਡੇ ਪਿੰਡ ਦੇ ਆਂਗਨਵਾੜੀ ਸਕੂਲ 'ਚ ਨਹੀਂ ਹੈਗੇ। ਮੈਨੂੰ ਲੱਗਦਾ ਜਦੋਂ ਇਹ ਸਾਰੇ ਨਿਆਣੇ ਇਕੱਠੇ ਹੋ ਕੇ ਘਰੋਂ ਨਿਕਲਦੇ ਹੋਣੇ ਆ, ਇੱਦਾਂ ਲੱਗਦਾ ਹੋਣਾ ਵੀ ਸਰਕਾਰੀ ਸਕੂਲ ਨੂੰ ਛੁੱਟੀ ਹੋ ਗਈ। ਇਹਨਾਂ ਦੇ ਘਰ 'ਤੇ ਕੋਈ ਵਿਆਹ ਵਾਲਾ ਕਾਰਡ ਵੀ ਨਹੀਂ ਦੇਣ ਜਾਂਦਾ ਹੁਣ, ਜੇ ਜਾਂਦਾ ਵੀ ਹੋਊਗਾ ਤਾਂ ਉਹਨੇ ਸਪੈਸ਼ਲ ਥੱਲੇ ਲਿਖਿਆ ਹੋਣਾ ਵੀ ਰੋਟੀ ਘਰੋਂ ਖਾ ਕੇ ਆਇਓ, ਤੁਸੀਂ ਸਾਨੂੰ ਸਾਰਾ ਟੱਬਰ ਵਾਰਾ ਨਹੀਂ ਖਾਂਦੇ। ਇਸ ਪਤੰਦਰ ਦੀਆਂ ਪਹਿਲੇ 3 ਘਰ ਵਾਲੀਆਂ ਨੇ ਅਤੇ ਚੌਥੀ ਹੋਰ ਲੱਭਣ ਡਿਆ। ਮੈਂ ਤਾਂ ਕਹਿੰਦਾ ਵੀ ਜਿਹੜੇ 35 ਨਿਆਣੇ ਤੂੰ ਜੰਮੇ ਨੇ ਉਹਨਾਂ ਲਈ ਆਸ਼ਰਮ ਲੱਭ ਲੈ। ਇੱਕ ਗੱਲ ਹੋਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਔਰਤ ਦੀ ਨਾ ਕਰੋ ਤੁਹੀਨ, ਔਰਤ ਵੀ ਰੱਬ ਦੀ ਬੰਦੀ ਹੈ, ਉਹਨੂੰ ਉਸਦਾ ਬਣਦਾ ਹੱਕ ਦੇ ਦਿਓ, ਉਹਨੂੰ ਬੱਚੇ ਜੰਮਣ ਵਾਲੀ ਹੀ ਨਾ ਸਮਝੋ ਮਿੱਤਰੀ। ਅਤੇ ਮਤਲਬ ਕੁਛ ਵੀ ਇਹਦੇ ਵਿੱਚ ਅੱਜ ਮੈਂ ਮਤਲਬ ਦੀ ਥੋੜ੍ਹੀ ਜਿਹੀ ਗੱਲ ਕਰ ਗਿਆ। ਜੇ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਵੇਖਦੇ ਰਹੋ ਸਵੇਰਾ ਟੀਵੀ।